ਮੋਗਾ ਦੇ ਪ੍ਰੀਤਨਗਰ ਚ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਵੱਲੋਂ ਕਰੀਬ 5 ਮਹੀਨੇ ਪਹਿਲੇ ਆਪਣੀ ਲੜਕੀ ਨੂੰ ਦੁਬਈ ਭੇਜਿਆ ਗਿਆ ਸੀ, ਪਰ ਉੱਥੇ ਨਾ ਤਾਂ ਰੋਜ਼ਗਾਰ ਮਿਲਿਆ ਅਤੇ ਨਾ ਹੀ ਮਿਲੀ ਰੋਜ਼ਗਾਰ ਦੀ ਤਨਖਾਹ। ਸਗੋਂ ਉੱਥੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ, ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਲੜਕੀ ਦੇ ਪਿਤਾ ਨੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਤੋਂ ਬੇਟੀ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ। ਉੱਥੇ ਹੀ ਜਥੇਦਾਰ ਤੋਤਾ ਸਿੰਘ ਨੇ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵਿਦੇਸ਼ ਮੰਤਰੀ ਨਾਲ ਗੱਲ ਕਰਕੇ ਲੜਕੀ ਨੂੰ ਦੁਬਈ ਤੋਂ ਵਾਪਸ ਲਿਆਉਣ ਦੀ ਗੱਲ ਆਖੀ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਲੜਕੀ ਦੁਬਈ 'ਚ ਭਾਰਤ ਦੀ ਅੰਬੈਸੀ 'ਚ ਪਹੁੰਚ ਚੁੱਕੀ ਹੈ ਅਤੇ ਜਲਦ ਹੀ ਭਾਰਤ ਵੀ ਆ ਜਾਏਗੀ। ਸਤਨਾਮ ਸਿੰਘ ਦੀ ਬੇਟੀ ਆ ਕਿਰਨਦੀਪ ਕੌਰ, ਪਲੱਸ ਟੂ ਵੀ ਆ, ਉਦੋਂ ਅੱਗੇ ਵੀ ਪੜ੍ਹਾਈ ਇਹਨੇ ਕੀਤੀ ਆ, ਕੰਪਿਊਟਰ ਦੀ ਵੀ ਕੀਤਾ ਇਹਨੇ, ਬਾਹਰ ਹੈਗੀ ਆ। ਇਹ ਦੁਬਈ 'ਚ ਇਹਨਾਂ ਨੇ ਕੰਮ ਕਰਨ ਲਈ ਭੇਜਤੀ ਕੰਪਨੀ ਦੇ ਰਾਹੀਂ, ਇੱਕ ਏਜੰਟ ਆ ਅਜਨਾਲੇ ਏਰੀਏ ਦਾ, ਉਸ ਏਜੰਟ ਦੇ ਰਾਹੀਂ ਇਹਨਾਂ ਨੇ 20,000 ਰੁਪਇਆ ਮੁੰਡਾ ਕਹਿੰਦਾ ਪਹਿਲਾਂ ਦਿੱਤਾ ਮੈਂ, ਉਹਦਾ ਬਾਪ ਮੈਨੂੰ ਦੱਸ ਕੇ ਗਿਆ ਸੀ ਉੱਦਣ, ਅਤੇ 60,000 ਰੁਪਈਆ 70,000 ਜਿੱਦਣ ਵੀਜ਼ਾ ਹੈ ਉਦੋਂ ਦਿੱਤਾ, 90,000 ਦੇ ਕੇ ਇਹਨੇ ਆਪਦੀ ਬੇਟੀ ਦੁਬਈ ਭੇਜਤੀ। ਲੜਕੀ ਕਿੱਥੋਂ ਦੀ ਰਹਿਣਾ? ਲੜਕੀ ਪ੍ਰੀਤਨਗਰ ਮੋਗੇ ਦੀ, ਆਪਣੇ ਸਤਰਾਮ ਸਿੰਘ ਦੀ ਲੜਕੀ ਹੈ, ਗਰੀਬ ਘਰ ਦੀ, ਚੰਗੀ ਪੜ੍ਹੀ ਲਿਖੀ ਲੜਕੀ ਹੈ। ਕਿੰਨੀ ਦੇਰ ਹੋ ਗਈ ਭੇਜੀ? ਉਹਨੂੰ 5 ਮਹੀਨੇ ਤੋਂ ਉੱਪਰ ਹੋ ਗਿਆ, ਜਿਹੜੇ ਬਾਪ ਨੇ ਦੱਸਣ ਅਨੁਸਾਰ 5 ਮਹੀਨੇ ਤੋਂ ਉੱਪਰ ਹੋ ਗਏ, 2 ਮਹੀਨੇ ਦੀ ਤਨਖਾਹ ਭੇਜੀ ਸੀ ਉਹਨਾਂ ਦਾ, ਜਿਹੜਾ ਕਰੰਸੀ ਆ ਉਹਦੀ 900 ਰੁਪਏ ਦੇ ਹਿਸਾਬ ਨਾਲ ਉਹਨਾਂ ਦੀ ਕਰੰਸੀ ਦੇ ਉਹਨੂੰ ਤਨਖਾਹ ਮਿਲਦੀ ਸੀ, 2 ਮਹੀਨੇ ਦੀ ਤਨਖਾਹ ਉਹਨੇ ਭੇਜੀ ਸੀ। ਉਸ ਤੋਂ ਮਗਰੋਂ ਮੇਰੇ ਨਾਲ ਸਾਰੇ ਉਹਨਾਂ ਦੇ 10-12 ਦਿਨ ਸੰਪਰਕ ਕੀਤੇ ਨੂੰ, ਮੇਰੇ ਕੋਲ ਆਏ ਸੀ, ਬੜਾ ਰੋ ਰਿਹਾ ਸੀ, ਮੇਰੀ ਲੜਕੀ ਬੜੀ ਤੰਗ ਆ ਉੱਥੇ, ਅਤੇ ਉਹਦੇ ਨਾਲ ਬੜੀ ਜ਼ਿਆਦਤੀ ਹੋ ਰਹੀ ਆ, ਵੀ ਉਹ ਮੇਰੀ ਕੁੜੀ ਆਉਣਾ ਚਾਹੁੰਦੀ ਆ, ਉਹਨੂੰ ਨਿਕਲ ਨਹੀਂ ਦਿੰਦੇ ਉੱਥੋਂ। ਉਸ ਤੋਂ ਮਗਰੋਂ ਫਿਰ ਮੈਂ ਬੀਬੀ ਸਾਡੇ ਮੰਤਰੀ ਜਾਂ ਕੇਂਦਰ ਹਰਸਿਮਰਤ ਕੌਰ ਤੱਕ ਪਹੁੰਚ ਕੀਤੀ, ਉਹਨਾਂ 'ਚ ਮੈਂ ਗੱਲ ਕੀਤੀ, ਉਹਨਾਂ ਨੇ ਆਪਦੇ ਓ ਐੱਸ ਟੀ ਜਿਹੜਾ ਧੀ ਸਾ ਉਹਦੀ ਡਿਊਟੀ ਲਾਈ, ਜਿਹੜਾ ਆਈ ਐੱਸ ਅਫਸਰ ਆ, ਨਾਲ ਹੀ ਉਹਨਾਂ ਨੇ ਜਿਹੜਾ ਹੈਗਾ ਆਪਣਾ ਵਿਦੇਸ਼ ਵਿਭਾਗ ਉਹ ਤੱਕ ਪਹੁੰਚ ਕੀਤੀ। ਔਰ ਮੈਨੂੰ ਫਿਰ 9 ਤਰੀਕ ਦੀ ਸ਼ਾਮ ਨੂੰ 9 ਵਜੇ ਰਾਤ ਨੂੰ ਆਈ ਉਹਨਾਂ ਦੇ ਓ ਐੱਸ ਟੀ ਦਾ ਫੋਨ ਆਇਆ ਵੀ ਜਥੇਦਾਰ ਜੀ, ਲੜਕੀ ਸੇਫ ਪਹੁੰਚ ਗਈ ਆ, ਇੰਡੀਆ ਦੀ ਅੰਬੈਸੀ 'ਚ ਪਹੁੰਚ ਗਈ ਆ। ਇਸ ਮੌਕੇ ਲੜਕੀ ਦੇ ਪਿਤਾ ਨੇ ਕਿਹਾ ਕਿ ਦੁਬਈ 'ਚ ਲੜਕੀ ਗਲਤ ਲੋਕਾਂ ਦੇ ਹੱਥੀਂ ਚੜ ਗਈ ਸੀ ਅਤੇ ਉਹ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸੀ। ਲੜਕੀ ਨੂੰ ਭਾਰਤ ਵਾਪਸ ਆਉਂਦਿਆਂ ਦੇਖ ਪਿਤਾ ਦੀ ਅੱਖਾਂ 'ਚ ਆਸ ਦੀ ਕਿਰਨ ਦਿਖਾਈ ਦਿੱਤੀ ਹੈ। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਕੀ ਨਾਮ ਹੈ ਤੁਹਾਡੀ ਬੇਟੀ ਦਾ? ਕਰਨਦੀਪ। ਕਦੋਂ ਗਈ ਸੀਗੀ ਬੇਟੀ? ਕਿੰਨੇ ਪੈਸੇ ਲਾ ਕੇ ਤੁਸੀਂ ਭੇਜਿਆ ਸੀਗਾ? ਕੀ ਉਹਦੇ ਨਾਲ ਉੱਥੇ ਜਾ ਕੇ ਕੀ ਹੋਇਆ ਸਾਰਾ ਸਾਨੂੰ ਦੱਸੋ। 90,000 ਰੁਪਇਆ ਲਾਇਆ ਜੀ, 30 ਇੱਕ ਵਾਰੀ ਪਾਸਪੋਰਟ ਨਾਲ ਦਿੱਤਾ ਜੀ, 70 ਇੱਕ ਵਾਰੀ ਦਿੱਤਾ ਜੀ ਜਦੋਂ ਵੀਜ਼ਾ ਲੱਗ ਕੇ ਆਇਆ। ਅਤੇ ਤੁਸੀਂ ਕਿਹਨੂੰ ਪੈਸੇ ਦਿੱਤੇ? ਜੰਟ ਨੂੰ ਦਿੱਤੇ ਆ ਜੀ। ਕੀ ਨਾਮ ਜੰਟ ਦਾ? ਜੰਟ ਨੂੰ ਸੁੱਖਾ ਵੀ ਕਹਿੰਦੇ ਅਤੇ ਸੁਖਵਿੰਦਰ ਵੀ ਕਹਿੰਦੇ ਜੀ। ਕਿੱਥੋਂ ਦਾ ਰਹਿਣ ਵਾਲਾ? ਇਹ ਨਾਨਕੀ ਚੱਕ ਪਿੰਡ ਦਾ ਜੀ। ਜਥੇਦਾਰ ਜੀ ਨੂੰ ਤੁਸੀਂ ਮਿਲਿਓ ਆ ਕੇ ਪੈ ਜਾਂਦਾ ਜੀ? ਜਥੇਦਾਰ ਜੀ ਨੂੰ ਮਿਲਿਓ ਆ ਕੇ ਕੀ? 3-4 ਜਣੇ ਰਲੇ ਆ ਜੀ, ਇਹ ਪੂਰੇ ਠੱਗ ਰਲੇ ਗਏ, ਇੱਕ ਹੋਰ ਇਹਨਾਂ ਦੇ ਨਾਲ, ਇੱਕ ਬੇਟੀ ਇਹਨਾਂ ਦੇ ਨਾਲ ਕੋਈ ਕੁਆਰੀ ਰਲੀ ਵੀ ਆ, ਉਹ ਝਾਂਸੇ 'ਚ ਲੈਂਦੀ ਹੈ। ਇਸ ਸੰਬੰਧੀ ਕੋਈ ਪੁਲਿਸ ਨੂੰ ਤੁਸੀਂ ਦੱਸਿਆ ਜੀ? ਅਜੇ ਕੋਈ ਨਹੀਂ ਪੁਲਿਸ ਨੂੰ ਦੱਸਿਆ ਜੀ, ਇਹਨਾਂ ਦੇ ਦਰ 'ਤੇ ਆਏ, ਇਹਨਾਂ ਦੀ ਆਸ ਵੇਖ ਲੈ ਕੇ। ਅਤੇ ਕੀ ਭਰੋਸਾ ਦਿੱਤਾ ਗਿਆ ਤੁਹਾਨੂੰ ਜਥੇਦਾਰ ਜੀ ਵੱਲੋਂ? ਇਹ ਕਹਿੰਦੇ ਜੀ ਕੋਈ ਗੱਲ ਨਹੀਂ, ਬੇਟੀ ਤੁਹਾਡੀ ਵਾਪਸ ਆ ਜੂਗੀ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਨੂੰ, ਜਦੋਂ ਸਾਡੇ ਕੋਲ ਆ ਗਏ। ਤੁਹਾਡੀ ਬੇਟੀ ਨਾਲ ਗੱਲ ਹੋਈ ਕੋਈ? ਸਾਡੀ ਬੇਟੀ ਦਾ ਅੱਜ ਤੋਂ ਮਹੀਨੇ ਦਾ ਪਹਿਲਾਂ ਪਤਾ ਲੱਗਾ ਜੀ, ਅਸੀਂ ਬਸ ਕਿਤੇ ਸੋਚਦੇ ਸੀ ਪੁਲਿਸ ਨੂੰ ਦੱਸੀਏ, ਕਿਤੇ ਕਿਸੇ ਨੂੰ ਦੱਸੀਏ, ਫਿਰ ਉਸ ਦੌਰਾਨ ਤੁਹਾਡੀ ਕੋਈ ਗੱਲਬਾਤ ਹੋਈ ਬੇਟੀ ਨਾਲ? ਬਸ ਇੱਕ ਵਾਰੀ ਹੋਈ ਆ ਜੀ, ਮੈਨੂੰ ਡੈਡੀ ਟਾਰਚਰ ਬਹੁਤ ਕਰਦੇ ਵੀ ਤੂੰ ਮੈਨੂੰ ਵਾਪਸ ਮੰਗਾ ਲਾ। ਸਵੇਰਾ ਟਾਈਮਸ ਲਈ ਮੋਗਾ ਤੋਂ ਗੁਰਦੇਵ ਭਾਮ ਦੀ ਰਿਪੋਰਟ। All World Open Challenge 17-time gold medalist Mia Rafiq Mohammed, Pandit Maulvi Begum Tantrik, inna chora thagga to saavdhan, specialist Vashikaran, satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647, 84374 94648।